तो प्यार बड़ा प्यारा है वालीबाल की दुनिया के कहते लंबी भारी खेलने वाले खिलाड़ियों नाम बोलता मुंडे का गोपी और जिंदर बहुत कहते चोटी का सिद्ध बनया होया है नंदगढ़ी जस्से ना लेके नाल मैं तक भी झंडल खेल रहा है और नेट दे कहते मोटा खेल रहा अर्श ते नाल इधरले पासे मैं तक भी खेल रहे मैदान च बड़े मन्ने परमन्ने डिफेंसर ने खेल वालीबाल के नेट से गौरी खेलता है पर पहला पॉइंट जिहड़ा रायकोट की टीम के खाते जुड़ गया है वीरान जिंदड़ नूं सूरमा हर दम रहे तैयार ते ओहदी जित हमेशा दोस्तों भाई जिहड़ा पहला करजे बार ओहदी जित हमेशा दोस्तों कहानी है बड़ी लंबी चलूगी है जिवें सरताज कहता हुंदा भी बड़ी लंबी है कहानी है साडे प्यार दी है आवे संग जदों शीशा मैं तिहार दी है बड़ी लंबी है कहानी साडे प्यार दी है हासिल कर लिया खेड के मैदान सुभीर जिथे जिथे खेडिया ये मुंडे ने कहते लोग दिल जीते ने और दुनिया नू आस उम्मीद जिहड़ी एक वड्डी आ वी मैच जिहड़ा खड़के दरके वाला होऊगा फड़दा तैयारी है हुण ते कुछ ना कुछ जिहड़ा करके दिखाउणा पऊगा भी दुश्मन नाल पंगा लईए ते मुड़के ना ढिल्ले पईए ए पल्ले 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 वाहे मोटिया दी रीसां तेरियां तीजा नंबर जिहड़ा मोटे ने जोड़ दित्ता अपनी टीम दे लई तीन ते तीन दा मुकाबला खेड दे मैदान च खेडा जा रिहा है तीन पॉइंट रायकोट और इधरले पासे हले खाता जिहड़ा नहीं खुल्लिया ओ खाता बड़ा बड़ा मैच खेडा जा रहा है बड़े खिलाड़ी खेल रही है कहना भी बड़ी टीम मुंडिया ने समय के नाल तोरी है टीम कहते दावेदार सिंह कप की जो तड़के आई ये वाकई मुंडे फाइनल प्रवेश कर गए फाइनल मैच चल रहे हैं बड़ा यादगार मैच है एक होर नंबर का वादा 4-0 हो गए भाई बहुत सोना मैच खेला जा रहा है वाद साथ भी चुगल चौंका हो गया नवी पीढ़ी मां टीम होए ने रंग बेड़े तिनी मित्रा दिमाग के काम करना की कोचे फरमाए ने मैं दो मैच के मेरे बाबा नाम का लंदा मिने का गवाह ना बने चाचे के प्यौनी कदे लगदा ये मासी कदे मां ना बने और चाची तो प्यों नहीं कदे लगता मासी कदे मां ना बने सीनियर मामा ने शेर पुत दलेर पुत खेल रही है खेल मैदान के बीच वटी टीम कहने बनी हुई है इधर भी दुनिया के टॉप के हीरे खेल रहे हैं दो बार हुआ विजय मलिक दो बार हो गई हुण राजू राजू कहंदे आ दो बार हुआ जी 23 नु दो बार हुण राजू राजू कहंदे आ ये दिलां ते राज करने वाला खिलाड़ी ਇਹਨਾਂ ਮੀਡੀਅਮ ਬਹੁਤ ਤਕੜੀ ਖੇਡਿਆ ਮਣੀ ਫੱਪਾ ਖੇਡਿਆ ਲੱਕੇ ਵਰਗੇ ਫਰੈਡੀ ਮਾਸਟਰ ਵਰਗੇ ਖੇਡੇ ਔਰ ਚਿੱਕੀ ਵਰਗੇ ਖੇਡੇ ਦੇ ਵੀ ਚੜ੍ਹਤ ਰਹੀ ਜਾਂਦੇ ਮੁੰਡੇ ਦੀ ਇਹ ਕੱਚੀ ਦੀ ਦੁਨੀਆਂ ਦੇ ਵਿੱਚ ਆਇਆ ਹੈ ਇਹ ਕੱਚੀ ਦੀ ਦੁਨੀਆਂ ਦੇ ਵਿੱਚ ਵੀ ਬਹੁਤ ਵੱਡਾ ਨਾਮ ਹੈ ਦੀਵਾਨ ਖੇਡੇ ਵਾਲੇ ਰਾਜੂ ਦਾ ਅਰੇ ਇਹ ਧਾਬਾ ਮੱਚਦਾ ਅੰਗਿਆਰ ਧਾਬਾ ਵਾਲੇ ਦਾ ਕਹਿੰਦੇ ਦੌਰ ਚੱਲਦਾ ਹੈ ਔਰ ਸਾਹਮਣੇ ਤੂਫਾਨ ਇਹ ਲੰਮੀ ਪਾਰੀ ਦਾ ਘੋੜਾ ਹੈ ਤੂਫਾਨ ਕਹਿੰਦੇ ਲੰਮੀ ਪਾਰੀ ਦਾ ਘੋੜਾ ਹੈ ਮੁੰਡੇ ਰਹਿ ਕੁੜੀਆਂ ਦੀ ਕਮਾਲ ਦੀ ਖੇਡ ਖੇਡ ਰਹੇ ਹੈ ਸੋਹਣਾ ਮੈਚ ਹੈ ਪਰ ਇੱਧਰ ਮੈਂ ਦੇਖਦਾ ਜੀ ਇਹ ਖਾਤਾ ਨਹੀਂ ਖੋਲਿਆ ਹੈ ਵਾਹ ਗੋਪੀ ਰਹਿ ਕੁੜੀਆਂ ਦੁਨੀਆਂ ਨੇ ਤਾੜੀ ਮਾਰੀ ਹੈ ਤਾੜੀਆਂ ਜਦ ਵੀ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆਂ ਦਾ ਇਹ ਦੁਨੀਆ ਬੋਲਦੀ ਜੋੜਿਆਂ ਨੂੰ ਵੀ ਕੋਈ ਨਾਮ ਨਹੀਂ ਲੱਗਦਾ ਭੱਜਿਆਂ ਦਾ ਤੇ ਪੰਜੇ ਸ਼ੇਰਾਂ ਵਾਂਗਰਾਂ ਲੜਦੇ ਆ ਅੱਜ ਚਮਕੂ ਕੌਣ ਸਤਾਰਾ ਅੱਡੀ ਚੋਟੀ ਦਾ ਜੋਰ ਵੀ ਲੱਗਣਾ ਔਰ ਦੁਨੀਆ ਖੜ ਕੇ ਦੇਖੂ ਕੁੱਲ ਨਜ਼ਾਰਾ ਨਜ਼ਾਰਾ ਕਹਿੰਦੇ ਖੇਡ ਵਾਲੀਬਾਲ ਦਾ ਫਾਈਨਲ ਮੈਚ ਹੈ ਲਾ ਵੀ ਪੰਡ ਦਾ ਆਪਦੀ ਉਹ ਤੋਂ ਕਮੈਂਟ ਕਰ ਆਪਦੀ ਕਮੈਂਟ ਤੋਂ ਜੋਤ ਵਾਲੀਆਂ
ਆਪਦੀ ਆਈ ਡੀ ਤੋਂ ਕਮੈਂਟ ਕਰ ਵੀਰੇ, ਕਈ ਵਾਰ ਕੋਈ ਹੋਰ ਹੀ ਬੁਲਾ ਜਾਂਦਾ ਫਿਰ ਗਲਤ ਹੋ ਜਾਣਾ। ਜੋਤੀ ਜਾ ਤੂੰ ਆ ਕੇ ਬੁਲਾ ਜਾ ਵੀਰੇ ਮੇਰੇ ਕੋਲੇ, ਤੂੰ ਇੱਥੇ ਤਾਂ ਆਇਆ ਮੈਂ, ਗਲਤ ਹੋ ਜਾਂਦਾ ਵੀਰੇ। ਰਸਾਲੀਆ ਖੇਡਾ ਨਹੀਂ ਆਈ ਵੀਰੇ, ਮਾਣ ਕਰਦਾ ਰਾਏਕੋਟੀਆਂ ਮੁੰਡਿਆਂ ਦੇ, ਔਰ ਵੀਰ ਨੇ 11,000 ਰੁਪਇਆ ਜਿਹੜਾ ਉਹ ਪਹੁੰਚਦਾ ਕਰ ਦਿੱਤਾ ਹੈ, ਔਰ ਨਾਲ ਹੀ 2100 ਰੁਪਇਆ ਜਿਹੜਾ ਨੰਦਗੜੀਏ ਦੱਸੇ ਦੇ ਵੀ ਪਹੁੰਚਦਾ ਕਰ ਦਿੱਤਾ ਵੀਰ ਨੇ, ਵੀ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਹੈ ਜਿੰਦ ਜਾਨ ਤੇਰੇ ਤੋਂ ਵਾਰਾਂਗੇ, ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਹੈ ਉਹ ਜਿੰਦ ਜਾਨ ਤੇਰੇ ਤੋਂ ਵਾਰਾਂਗੇ। ਵਾਕਈ ਜਿੰਦ ਜਾਨ ਵਾਰੀ ਆ ਰਹੀ ਹੈ, ਉੱਕਲੀ ਦਾ ਮੇਲਾ ਚੱਲਦਾ, ਫਾਈਨਲ ਮੈਚ ਹੈ, ਦੁਨੀਆ ਨਜ਼ਾਰੇ ਲੈ ਰਹੀ ਹੈ, ਨਜ਼ਾਰੇ ਆਈ ਜਾਂਦੇ ਆ, ਨਜ਼ਾਰੇ ਜਾਈ ਜਾਂਦੇ ਆ, ਇੱਕ ਸਾਲ ਬਾਅਦ ਆ ਨਜ਼ਾਰੇ ਦੇਖਣ ਨੂੰ ਮਿਲਣਗੇ, ਉਹ ਗੱਲਾਂ ਕਹਿੰਦੇ ਟਾਈਮ ਦੀਆਂ ਹੋਣਗੀਆਂ। ਗੁਰੂ ਬਿਨਾਂ ਜੋੜਿਆ ਗਿਆਨ ਹੁੰਦਾ ਨਹੀਂ, ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ, ਨਾ ਕੋਈ ਸਿੱਖੇ ਬਿਨਾਂ ਯਾਰਾ ਗੱਲ ਨਾ ਬਣੇ, ਅੱਜ ਨਾ ਬਣੀ ਤੇ ਯਾਰਾ ਕੱਲ੍ਹ ਨਾ ਬਣੇ। ਠੀਕ ਹੈ ਜੀ, 11,000 ਰੁਪਇਆ ਇਕੱਲੇ ਸ਼ਹਿਬਾਜਪੁਰ ਦੇ ਸੱਤੇ ਨੇ ਸੀਗਾ ਵੀਰੇ ਪਹੁੰਚਦਾ ਕਰ ਦਿੱਤਾ ਗਿਆ, ਬਹੁਤ ਧੰਨਵਾਦ ਜੀ। ਬਹੁਤ ਸੋਹਣਾ ਮੈਚ ਮਾਣ ਕਰਦੀ ਹੈ ਦੁਨੀਆ, ਅਮਰਜੀਤ ਸਿੰਘ ਉੱਪਲ ਦਾ ਪੁੱਤਰ ਸੱਤਾ, ਕਹਿੰਦੇ ਅਮਰਜੀਤ ਸਿੰਘ ਉੱਪਲ ਦਾ ਪੁੱਤਰ ਹੈ, ਪਿਤਾ ਦਾ ਸੁਪਨਾ ਸੀ ਮੇਰਾ ਪੁੱਤ ਡਾਕਟਰ ਬਣ ਜੇ, ਡਾਕਟਰ ਤੇ ਨਹੀਂ ਬਣਿਆ, ਪਰ ਜਿਹੜੇ ਟੀਕੇ ਸੱਤੇ ਨੇ ਬਾਲੀਵਾਲ ਚ ਲਾਤੇ ਹੈ ਉਹ ਦੁਨੀਆ ਨੂੰ ਯਾਦ ਹੈ, ਉਹ ਦੁਨੀਆ ਯਾਦ ਕਰਦੀ ਹੈ। ਵਾਹ ਢਾਬਾ ਹੈ, ਬਾਲ ਬੋਲ ਖਾਧੀ ਨਹੀਂ ਰਹਿ ਕੋਟੀਆਂ ਨੇ, ਇੱਦਾਂ ਲੋਕ ਨਹੀਂ ਉਹਨਾਂ ਕੰਮ, ਬਾਲ ਬੋਲ ਵਾਲੇ ਖਾਧੀ ਹੀ। ਸੋਹਣਾ ਮੈਚ ਖੇਡਿਆ ਜਾ ਰਿਹਾ, ਔਰ ਨਾਲ ਹੀ ਗੈਰੀ ਹੈ ਕਨੇਡਾ ਵਾਲਾ, ਉਹ ਵੀਸਾ ਦਾ ਕਹਿੰਦਾ ਵੀ ਨੰਦਗੜੀਆ ਜੱਸਾ ਦੇ ਫਾਈਨਲ ਜਿੱਤੇ ਹੈ ਤੇ ਜਿਹੜੇ ਕੱਪ ਦੇ ਆਖੇ ਦਾ ਜੱਸੇ ਦਾ ਮਾਣ 6 ਫੁੱਟੇ ਕੱਪ ਨਾਲ ਕੀਤਾ ਜਾਊਗਾ, ਵੱਡੇ ਮਾਣ ਪਿਆਰ ਜਿਹੜੇ ਉਹ ਦਿੱਤੇ ਜਾਣਗੇ ਵੀਰ ਨੂੰ। ਭਰਾ ਸਾਡਾ ਗੈਰੀ ਹੈ ਕਨੇਡਾ ਦੇ ਵਿੱਚ ਰਹਿਣ ਵਸੇਰੇ ਵੀਰ ਦੇ ਹੈ, ਉਹ ਕਹਿੰਦਾ ਵੀ ਜੇ ਨੰਦਗੜ ਦਾ ਜੱਸਾ ਫਾਈਨਲ ਜਿੱਤੇ ਹੈ ਤੇ ਵੱਡੇ ਮਾਣ 6 ਫੁੱਟੇ ਕੱਪ ਦੇ ਨਾਲ ਆਊਟ ਕਰ ਦਿੱਤੇ ਜਾਣਗੇ। ਹੈ ਮੈਚ ਕਜੋਟੀ ਦਾ, ਇੱਕ ਪਾਸੇ ਮੁੰਡੇ ਮੇਰੇ ਮਿੱਤਰੋ ਬਾਂਡਰ ਦੇ ਪਿੰਡਾਂ ਦੇ ਆ, ਵੀ ਪੱਠਿਆਂ ਚੋਂ ਦਾਦੀ ਘੁੰਮਣ ਦਾ ਆਓ ਸਾਡੇ ਘਰ ਵਿੱਚ ਪੈ ਜੇ ਸੋਗ ਜਹਾ, ਤੇ ਬਿਜਲੀ ਦੇ ਬਿੱਲ ਆਵਣ ਦਾ ਸਾਨੂੰ ਭੈ, ਮਰਗਾਂ ਦੇ ਭੋਗ ਜਹਾ, ਸਾਡੇ ਸਦਾ ਸੁਹਾਗਣ ਨਹੀਂ ਵੱਸਦੀ ਹੈ, ਸਾਡੇ ਚੂੜੇ ਜਾਂਦੇ ਖਿੰਡ ਕੁੜੇ, ਤੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਕੁੜੇ, ਆਓ ਢਾਬਾ ਵਾਲੇ ਨੇ ਟਰਾਈ ਤੇ ਕੀਤੀ ਹੈ ਪ੍ਰਵਾਨ ਜਿਹੜੀ ਆਊਟ ਹੈ, ਆਓ ਸਾਹਮਣੇ ਮੈਂ ਖੇਡ ਦੇ ਮੈਦਾਨ ਚ ਰੱਖਦਾ ਵੀ ਰਾਏਕੋਟੀਏ ਮੁੰਡੇ ਸਰਬਸਤਾਨੀ ਰਾਏਕੋਟ ਦੀ ਟੀਮ ਦੇ ਖਾਤੇ ਜੁੜ ਗਈ ਹੈ, ਵੱਡਾ ਮੈਚ ਖੇਡਿਆ ਜਾ ਰਿਹਾ ਹੈ ਤੇ ਨਾਲ ਰਾਏਕੋਟ ਦੀ ਟੀਮ ਦੇ ਦੁਨੀਆਂ ਦਾ ਵੱਡਾ ਮਲ ਸੱਤਾ ਖੇਡ ਰਿਹਾ, ਦੁਨੀਆਂ ਉਸਤਾਦਾਂ ਦੇ ਤੌਰ ਤੇ ਜਾਣਦੀ ਹੈ, ਗੁਰੂ ਗੁਰੂ ਹੁੰਦਾ ਚੇਲਾ ਚੇਲਾ ਹੁੰਦਾ ਹੈ, ਵਸ ਵਸ ਤੇ ਠੇਲਾ ਠੇਲਾ ਹੁੰਦਾ ਹੈ, ਟਿੰਡੋ ਟਿੰਡੋ ਕਰੇਲਾ ਕਰੇਲਾ ਹੁੰਦਾ ਹੈ, ਵੱਕਰਾ ਵੱਕਰਾ ਤੇ ਲੇਲਾ ਲੇਲਾ ਹੁੰਦਾ ਹੈ, ਅੰਬ ਅੰਬ ਤੇ ਕੇਲਾ ਕੇਲਾ ਹੁੰਦਾ ਹੈ, ਰੁਪਿਆ ਰੁਪਿਆ ਢੇਲਾ ਢੇਲਾ ਹੁੰਦਾ ਹੈ, ਸਿੰਜ ਸਿੰਜ ਤੇ ਮੇਲਾ ਮੇਲਾ ਹੁੰਦਾ ਹੈ, ਕਾਮਾ ਕਾਮਾ ਤੇ ਵਿਹਲਾ ਵਿਹਲਾ ਹੁੰਦਾ ਹੈ, ਉਹ ਗੁਰੂ ਗੁਰੂ ਤੇ ਚੇਲਾ ਚੇਲਾ ਹੁੰਦਾ ਹੈ। ਬਾਕੀ ਦੁਨੀਆ ਕਹਿੰਦੀ ਉਸਤਾਦ ਕਹਿੰਦੀ ਹੈ, ਪਰ ਬਾਅਦ ਆਪਾਂ ਦੇਖਾਂਗੇ ਵੀ ਆਓ 2-5 ਹੋ ਗਏ, 2-5 ਵੀਰੇ ਸਫਲਤਾ ਖੇਡ ਮੈਦਾਨ ਦੇ ਵਿੱਚ ਰੈਸਰ ਰੈਕੋਰਡ ਤੋਂ ਹਰਗੀ ਜੈਕਸਨ ਵੀਰੇ ਹੋਈ, ਪ੍ਰਿੰਸੀਪਲ ਮੱਲੀ ਵਧੀਆ ਵਧੀਆ ਵੀਰੇ, ਨਾ ਵੀ 2 ਰੈਕੋਰਡ ਤੋਂ ਹਰਗੀ, ਰੈਕੋਰਡ ਤੋਂ 2 ਨੰਬਰ ਰੈਸਰ ਕਵਾਟਰ ਦੇ ਮੁੰਡਿਆਂ ਦੇ ਹੈ, ਢਾਬਾ ਵਾਲੇ ਸ਼ੇਰੂ ਦੀ ਟੀਮ ਦੇ ਹੈ, ਪੰਜਾਬੀਆਂ ਦੇ ਸੁਧੀਰ ਵਰਗਿਆਂ ਦੇ ਕਹਿੰਦੇ 2 ਪੁਆਇੰਟ ਨੇ ਹੈ, ਔਰ 5 ਪੁਆਇੰਟ ਆ ਜਿਹੜੇ ਰਾਏਕੋਟੀਏ ਚੋਬਰਾਂ ਦੇ ਹੈ, ਅੱਜ ਕਹਿੰਦੇ ਸੱਤਾ ਤੇ ਨਾਲ ਨਾਲ ਲੱਗਦਾ ਵੀ ਨੰਦਗੜ ਦਾ ਜੱਸਾ ਉਹ ਮੁੰਡਿਆਂ ਦੇ ਕਹਿੰਦੇ ਸੱਦਿਆ ਹੋਇਆ ਹੈ, ਵੱਡੇ ਕਹਿੰਦੇ ਖਿਡਾਰੀਆਂ ਦੇ ਵਿੱਚ ਨਾਮ ਆਉਂਦਾ ਹੈ, ਆਹ ਮੁੰਡੇ ਦਾ ਵੀ ਹੈ, ਬਹੁਤ ਘੱਟ ਗਲਤੀ ਕਰਦਾ, ਲੋਕੀ ਗੱਲਾਂ ਕਰਦੇ ਆ, ਪਰ ਹੁਣ ਵੇਖਾਂਗੇ ਕੌਣ ਗੱਭਰੂ ਕਰੂਗਾ ਕੋਸ਼ਿਸ਼, ਬਾਲ ਜਿਹੜੀ ਆਊਟ ਔਰ ਅਗਲੀ ਸਰਵਿਸ ਕਰਦੇ ਲਈ ਹੈ, ਮੁੰਡੇ ਕਹਿੰਦੇ ਤਿਆਰ ਬਰ ਪਿਆਰ ਨਹੀਂ ਹੈ, ਵੀ ਐਵੇਂ ਨਾ ਜਿੰਦੇ ਮਾਣ ਬਾਬਾ ਬੋਲਤਾ ਦਾ ਕਰੀਏ ਤੇ ਬੋਲੀਏ ਨਾ ਬੋਲ ਬੰਦਾ ਰੱਬ ਕੋਲੋਂ ਡਰੀਏ, 17 ਦਾ ਮੈਚ ਆ, 17 ਦਾ ਵੀਰੇ ਕਰੀ ਗੱਲ ਨਾ ਮੂੰਹ ਵਿੱਚ ਪੈਂਦੀ ਹੈ,
वाहेगुरु एदां गुड्डी चढ़दी कला दे विच रखे। तूफान ने फिर सर्वे कर दिती है। टीवी अखबारां विच ना बोलदा है, एक नहीं ओ थां थां बोलदा है। ਕਿਹਦਾ ਪੁੱਤ ਕਿਹਦਾ ਪੋਤਾ ਚੰਡਿਆ ਕਿਹੜੇ ਕੋਚ ਵੀ ਮਹਾਨ ਦਾ ਜਿੰਨਾ ਮਾਵਾਂ ਦੇ ਪੁੱਤ ਖੇਡਾਂ ਖੇਡਦੇ ਤੇ ਨੌ ਚਾਹੋ ਜੀ ਜੋੜਿਆ ਵੀ ਪੂਰੇ ਖਾਨਦਾਨ ਦਾ ਜਿੰਨਾ ਮਾਵਾਂ ਦੇ ਪੁੱਤ ਖੇਡਾਂ ਖੇਡਦੇ ਹੁਣ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਓਏ ਰਾਇਕੋਟ ਵਾਲਾ ਗੋਪੀ ਪਟਾਕਾ ਪਾ ਗਿਆ ਰਾਇਕੋਟ ਦਾ ਗੋਪੀ ਪਟਾਕਾ ਦੇ ਕਹਿਦੇ ਜੇ ਸ਼ਰੀਰ ਦਾ ਤੇ ਕਰਦਾ ਮੁਕਾਬਲਾ ਕਮਾਨੋ ਛੱਡੇ ਤੀਰ ਦਾ ਉਹ ਕਰਦਾ ਮੁਕਾਬਲਾ ਕਮਾਨੋ ਛੱਡੇ ਤੀਰ ਦਾ ਭਾਈ ਯਾਰ ਗੋਪੀ ਦੀ ਆਹ ਖੇਡ ਆ ਬਾਲ ਵਧੀਆ ਲੱਗੀ ਹੈ। ਇੱਕ ਵਾਰੀ ਦੁਬਾਰਾ ਤਾੜੀ ਮਾਰਦੇ ਆ ਜ਼ੋਰਦਾਰ ਰਾਇਕੋਟੀ ਗੋਪੀ ਦੇ ਲਈ ਹੈ। ਇਹਦੇ ਬਾਪੂ ਜੀ ਨੇ ਵੀ ਬਹੁਤ ਤਕੜੀ ਵਾਲੀ ਬਾਲ ਖੇਡੀ ਹੈ। ਵੀ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਉਹ ਦਿਖਾ ਦੇ ਐਨ ਚੋਟੀ ਦਾ ਪਲੇਅਰ ਬਣ ਕੇ ਤੇ ਯਾਰ ਬੇਲੀ ਰਿਸ਼ਤੇਦਾਰ ਬਹੁਤ ਬਹੁਤ ਧੰਨਵਾਦ ਜੀ ਪ੍ਰਵੀਰ ਜੈਲ ਜੀ ਸਟਾਰ ਭੇਜਣ ਵਾਸਤੇ ਦਿਲ ਤੋਂ ਧੰਨਵਾਦ ਬਾਈ। ਜੇ ਹੋਰ ਵੀ ਭਰਾ ਸਟਾਰ ਭੇਜ ਸਕਦੇ ਤਾਂ ਜ਼ਰੂਰ ਭੇਜੋ ਬਾਈ, ਜਿੰਨੇ ਸਟਾਰ ਭੇਜ ਸਕਦੇ ਹੋ ਭਰਾ ਜ਼ਰੂਰ ਸਪੋਰਟ ਭੇਜੋ ਵੀਰੇ। ਪ੍ਰਵੀਰ ਜੈਲ ਦਾ ਬਹੁਤ ਬਹੁਤ ਧੰਨਵਾਦ ਸਟਾਰ ਭੇਜਣ ਵਾਸਤੇ ਜੀ। ਸਾਰੇ ਖਾਨਦਾਨ ਦਾ ਵਾਕਈ ਕਹਿੰਦੇ ਨਾ ਬੋਲੇ ਜਾਂਦੇ ਹੈ, ਗੱਲਾਂ ਲੱਗਦੀਆਂ ਟਿਕਾਣੇ। ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ। ਕਹਿੰਦੇ ਪੜਾਕੇ ਖੇਡਦੇ ਕਾਕੇ ਉਹ ਮੇਲਾ ਕਹਿੰਦੇ ਉੱਪਰੀ ਚੱਲਦਾ ਹੈ, ਪੜਾਕੇ ਪੈ ਰਹੇ ਹੈ। ਅੱਜ ਰਾਇਕੋਟ ਦੀ ਟੀਮ ਵੀ ਬੜੀ ਜਾਨਦਾਰ ਖੇਡ ਖੇਡ ਰਹੀ ਹੈ। ਵਾਕਈ ਮੁੰਡਿਆਂ ਨੇ ਅੱਜ ਲੋਕਾਂ ਦੇ ਦਿਲ ਜਿੱਤੇ ਹੈ। ਲੋਕਾਂ ਦੇ ਦਿਲ ਜਿੱਤਣਾ ਗੱਲ ਬਹੁਤ ਵੱਡੀ ਹੈ। ਵਾਕਈ ਅੱਜ ਮੁੰਡਿਆਂ ਨੇ ਕਹਿੰਦੇ ਲੋਕਾਂ ਦੇ ਦਿਲ ਜਿੱਤੇ ਹੈ। ਆਹ ਗੋਪੀ ਰਾਇਕੋਟੀਆ ਅੱਜ ਜੋ ਮਿਲੇਗਾ ਹੀਰੋ ਖਿਡਾਰੀ, ਇੱਕ ਹੋਰ ਸਫਲਤਾ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਹੈ। ਬੜਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਬਹੁਤ ਤੂਫਾਨ ਤਿਆਰ ਹੈ। ਸਤਨਾਮ ਸਿੰਘ ਨਾਂ ਰੱਖਿਆ ਮਾਪਿਆਂ ਨੇ, ਪਰ ਕਹਿੰਦੇ ਬਾਲੀਵਾਲ ਵਾਲਿਆਂ ਦਾ ਤੂਫਾਨ ਬਣ ਗਿਆ ਹੈ। ਨਾਂ ਤੇ ਘਰ ਦੇ ਰੱਖ ਦਿੰਦੇ ਹੈ, ਪਰ ਨਾਂ ਕਹਿੰਦੇ ਬਣਾਉਣਾ ਆਪ ਨੂੰ ਪੈਂਦਾ ਹੈ, ਨਾਂ ਬਣਾਉਣਾ ਆਪ ਨੂੰ ਪੈਂਦਾ ਹੈ। ਬਾਕੀ ਮੁੰਡੇ ਨੇ ਪਹਿਚਾਣ ਬਣਾਈ ਹੈ ਆਪਣੇ ਨਾਂ ਦੀ। 7-2 ਕਿਆ ਬਾਤ ਹੈ, ਇੱਧਰ ਜੱਸਾ ਨੰਦਗੜੀਆ ਮੁੰਡੇ ਸੋਹਣੇ ਸ਼ਹਿਰ ਪਟਿਆਲੇ ਦੇ, ਉਹ ਸਾਹਮਣੇ ਗੱਲਾਂ ਕਹਿੰਦੇ ਕਦੇ ਪਟਿਆਲੇ ਦੀਆਂ ਹੋਈਆਂ। ਇਹ ਹੈ ਪਟਿਆਲੇ ਵਾਲਾ ਜੱਸਾ, ਇਹ ਹੈ ਨੰਦਗੜੀਆ ਜੱਸਾ, ਬੜੀ ਸੋਹਣੀ ਖੇਡ ਦਾ ਮਾਲਕ। ਅੱਜ ਕਮਾਲ ਖੇਡ ਖੇਡ ਰਹੇ ਹੈ ਗੱਬਰੂ ਖੇਡ ਮੈਦਾਨ ਦੇ ਵਿੱਚ। ਮੈਂ ਵੀ ਪੰਡਤਾਂ ਨੰਬਰ ਦੱਸਦੀ ਇੱਕ ਵਾਰੀ, 7-2 ਪੰਜ ਪੰਡਾਂ ਦੀ ਲੀਡ ਹੈ। 7 ਨੰਬਰ ਆ ਜਿਹੜੇ ਰਾਇਕੋਟ ਦੇ, ਔਰ 2 ਨੰਬਰ ਜਿਹੜੇ ਦੀਵਾਨ ਖੇਡਿਆ ਇਹ ਮੁੰਡਿਆਂ ਦੇ ਆ। ਪੁਆਇੰਟ ਇੱਕ ਹੋਰ ਵੱਧ ਗਿਆ, 8 ਹੋ ਗਿਆ ਹੈ ਰਾਇਕੋਟ ਦੀ ਟੀਮ ਦੇ। ਧੰਨਵਾਦ ਜੀ ਪ੍ਰਵੀਰ ਚਹਿਲ, ਇੱਕ ਵਾਰ ਫੇਰ ਤੋਂ ਸਟਾਰ ਭੇਜਿਆ, ਧੰਨਵਾਦ ਵੀਰੇ। ਤੇ ਇੱਕ ਵਾਰੀ ਤਾੜੀ ਦੋਨਾਂ ਟੀਮਾਂ ਦੇ ਪ੍ਰਵੀਰ ਚਹਿਲ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਜੀ। ਬੈਸਟਾਂ ਨੂੰ ਦੱਸਦੇ ਆ ਕੀ ਆ ਵੇਟ ਵੀਰੇ, ਪਾਸੇ ਫਰਕ ਕਦੇ 6 ਪੁਆਇੰਟਾਂ ਦਾ ਪੈ ਗਿਆ ਹੈ ਢਾਬਾਂ ਵਾਲਿਆ। ਆਹ ਲੋਕੀ ਗੱਲਾਂ ਕਰਦੇ ਸੀਗੇ ਵੀ ਆਹ ਮੈਚ ਦੇ ਇੱਕ ਇੱਕ ਪੁਆਇੰਟ ਦੇ ਫਰਕ ਨਾਲ ਅੱਗੇ ਵੱਲ ਨੂੰ ਵਧਣਾ ਹੈ, ਪਰ ਆਹ ਦੇ ਮੁੰਡਿਆਂ ਨੇ ਇੱਕ ਪਾਸਾ ਜਿਹਾ ਕਰ ਦਿੱਤਾ ਹੈ। ਹੁਣ ਤੇ ਕੁਝ ਨਾ ਕੁਝ ਉਹ ਵੱਖਰਾ ਕਰਨਾ ਪਊਗਾ ਵੀ ਸੂਰ ਦਿੱਤਾ ਰਹੇ। 9-2 ਤੋਂ ਸਾਈਡਾਂ ਤੇ ਜਾਂਦਾ ਜੀ, 9-2 ਵੀਰੇ। ਸੂਰ ਨੇ ਜੋ ਆਪਣੀ ਹੀ ਹੈ ਚਾਲ ਚੱਲਦੇ ਆ, ਕੁਝ ਵੱਖਰਾ ਕਰਾਂਗੇ ਇਸ ਜੰਗ ਤੋਂ। ਬਾਬਾ ਗੌੜਾ ਸੈਮੀ ਹਰ ਗਿਆ 7-0 ਵੀਰੇ ਰਾਇਕੋਟ ਦੀ। ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿੰਨਾਂ 'ਚ ਕੋਈ ਗੱਲ ਬਾਤ ਹੁੰਦੀ ਹੈ। ਜਤ ਸੇਸ ਵਰਾ ਤੇਰਾ ਨਾਂ ਨਹੀਂ ਲੈਣਾ ਮੈਂ, ਆਉਂਦਾ ਮੈਨੂੰ ਜਤ ਸੇਸ ਵਰ ਬਾਤ ਹੁੰਦੀ ਹੈ ਕਹਿਣਾ ਮੈਂ ਵੇਟ ਕਰੋ। ਕਹਿੰਦੇ ਗੱਲਬਾਤ ਵੱਡੀ ਹੈ ਮੁੰਡਿਆਂ 'ਚ, ਉਹ ਗੱਲਬਾਤ ਕਲਾਰਾ ਪਿੰਡਾ ਤੇਰਾ ਕਲਾਰਾ ਜੋਤ ਜ਼ਿਆਦਾ ਹੈ ਸਾਈਡਾਂ ਕੀ ਯੋਗੀਆਂ ਹੈ ਹਲੇ ਵੀ ਕੁਝ ਓਏ ਜੋਤ ਆਪਣੀਆਂ ਗਲਤੀਆਂ ਕਮੀਆਂ ਦੇਖਣਗੇ ਤੇ ਜਿਹੜੇ ਜਿੱਤ ਗਏ ਉਹਨਾਂ ਲਈ ਮੁਬਾਰਕਬਾਦ ਹੈ। ਬਹੁਤ ਸੋਹਣਾ ਫਾਈਨਲ ਮੈਚ ਹੈ ਅੱਜ ਦਿਨ ਦਾ। ਜ਼ਿਲ੍ਹੇ ਬਰਨਾਲੇ ਦੀ ਬੜੀ ਪਾਵਨ ਤੇ ਪਵਿੱਤਰ ਧਰਤੀ ਹੈ, ਸਾਧੂ ਰਹਿੰਦੇ ਜੱਗ ਦੇ ਬਗਾਨੇ ਬਣ ਕੇ, ਹੁੰਦੇ ਹੀਰਿਆਂ ਤੋਂ ਵੱਧ ਕੀਮਤੀ ਯਾਦ ਨੀ ਮੈਨੂੰ ਵੀਰੇ ਵਿਦੇ। ਅੱਛਾ ਅੱਛਾ ਵਿਦੇ ਮਲਕ ਨੇ ਸਟਾਰ ਭੇਜਿਆ, ਠੀਕ ਆ ਠੀਕ ਆ ਵਿਦੇ ਮਲਕ ਜੀ, ਬਹੁਤ ਬਹੁਤ ਧੰਨਵਾਦ ਜੀ। ਵਿਦੇ ਮਲਕ ਜੀ UK ਨੇ ਸਟਾਰ ਭੇਜਿਆ, ਧੰਨਵਾਦ ਜੀ ਵਿਦੇ ਮਲਕ ਜੀ। ਜਸਟੇਸ਼ਵਰ ਹੈ ਮੁੰਡੇ ਦਾ ਨਾਮ, ਉਧਰ ਜਸਟੇਸ਼ਵਰ ਹੈ ਭਰਾ ਸਾਡਾ ਕਮਾਲ ਵਰਦੂ, ਉਹ ਕਹਿ ਰਿਹਾ ਵੀ ਨੰਦਗੜ੍ਹ ਦਾ ਜੱਸਾ ਜੇ ਥਰਡ ਦੇ ਵਿੱਚੋਂ ਬਾਰ ਬਾਰ ਕੇ ਪੁਆਇੰਟ ਜੋੜਦਾ ਹੈ,
ਤੇ ਨੰਦਗੜ੍ਹ ਦੇ ਜਸੇ ਦੇ ਲਈ 1100 ਦੇ ਵੱਡੇ ਮਾਣ ਹੋਣਗੇ। ਜਸਟੇਸ਼ਵਰ ਕਹਿੰਦਾ ਭਰਾ ਸਾਡਾ ਕਮਾਲਪੁਰੀਆ ਵੀ ਮਾਣ ਆਪਾਂ ਨੰਦਗੜ੍ਹ ਦੇ ਜਸੇ ਦਾ ਕਰਨਾ ਜੇ ਬਾਲ ਮਾਰ ਕੇ ਪੁਆਇੰਟ ਜੋੜੇ ਮੁੰਡਾ ਆਪਣੀ ਟੀਮ ਦੇ ਲਈ ਹੈ। ਆਓ ਬਿਨਾਂ ਗੱਲੋ ਕਾਲਜੇ ਦਾ ਟੱਪਣਾ ਤੇ ਹੁੰਦੀ ਹੈ ਨਿਸ਼ਾਨੀ ਵੀਰੇ ਹਾਰਦੀ ਹੈ। ਆਓ ਕਦੇ ਨਾ ਗੰਦਾ ਸਾ ਜਾਨ ਬਖਸ਼ੇ ਤੇ ਕਦੇ ਨੀ ਗਲੇ ਯਾਰੋ ਪੱਟਾ ਮਾਰਦੀ ਹੈ। ਗੁਰੀ ਮੰਗਟ ਪਿੰਡ ਕਿਹੜਾ ਆਪਣਾ ਗੁਰੀ ਮੰਗਟ ਜੀ ਫੁੱਲੀ ਵਾਲਾ ਵੀਰੇ ਗੁਰੀ ਮੰਗਟ ਗੋਬਿੰਦਗੜ ਠੀਕ ਆ ਗੁਰੀ ਕਿਹੜੀ ਕੰਟਰੀ ਆਪਣੀ ਵੀਰੇ ਜਿਹੜੇ ਗਰਾਊਂਡ ਦੇ ਵਿੱਚ ਖੇਡੇ ਜਾ ਰਹੇ ਨੇ ਫਾਈਨਲ ਮੈਚ ਦਾ ਆਯੋਜਨ ਦਸ ਹੱਤੇ ਦੇ ਬਿਲਕੁਲ ਬਿਲਕੁਲ ਕੰਟਰੀ ਕਿਹੜੀ ਆ ਗੁਰੀ ਕਿੱਥੇ ਹੋ ਵੀਰੇ ਫੜ ਕੇ ਕਿਸੇ ਨੂੰ ਪਾਲ ਹੁੰਦਾ ਫਿੱਪੀ ਲਾ ਕੇ ਡੇਗੜ ਦਾ ਰਾਜੇ ਖਿੱਲੇ ਅਣਪ ਪੰਜਾਬੀ ਜੇ ਸੱਤਾ ਨੰਬਰ ਲੈਂਦਾ 1100 ਗੁਰੀ ਮੰਗਟ ਕੈਨੇਡਾ ਵੱਲੋਂ ਗੋਬਿੰਦਗੜ੍ਹ ਦੇ ਟੂਰਨਾਮੈਂਟ ਦੇ ਗੋਬਿੰਦਗੜ੍ਹ ਪਿੰਡਾ ਬਾਈ ਦਾ ਗੁਰੀ ਮੰਗਟ ਗੋਬਿੰਦਗੜ੍ਹ ਕੈਨੇਡਾ ਠੀਕ ਹੈ ਜੀ ਗੁਰੀ ਲਿਖਾਰੀ ਹੈ ਮੁੰਡਾ ਗੁਰੀ ਮੰਗਟ ਕੈਨੇਡਾ ਕਹਿੰਦਾ ਵੀ ਜੇ ਸੱਤਾ ਬਾਲ ਮਾਰ ਕੇ ਪੁਆਇੰਟ ਜੋੜਦਾ ਕਿਸੇ ਦੇ ਹੱਥਾਂ ਦੇ ਬਾਹਰ ਖੜੀ ਹੋ ਜਾਵੇ ਪਏ ਆ ਤਜਿੰਦਰ ਧਾਲੀਵਾਲ ਕੈਨੇਡਾ ਵੱਲੋਂ ਜੇ ਪੰਜ ਤੋਂ ਥੱਲੇ ਰਹਿ ਗਏ ਦਬਾਨ ਖੜੀ ਟੀਮ ਦੇ ਤਾਂ 5100 ਰੈਕੋਰਡ ਦੀ ਟੀਮ ਨੂੰ ਤਜਿੰਦਰ ਧਾਲੀਵਾਲ ਤਾਜਪੁਰੀਆ ਅਮਨ ਸਰਪੰਚ ਵਰਗੇ ਦੀਪ ਜਵੰਦੇ ਵਰਗੇ ਮਾਂ ਕਰਦੇ ਮੁੰਡੇ ਦੀ ਖੇਡ ਤੇ ਦੁਨੀਆਂ ਪਿਆਰ ਕਰਦੀ ਹੈ ਕਹਿੰਦੀ ਖੇੜੇ ਵਰਗੇ ਜਗਪਾਲ ਵਰਗੇ ਜਗਰਾਜ ਵਰਗੇ ਮਾਂ ਕਰਦੇ ਹੈ ਬੜਾ ਸੋਹਣਾ ਮੈਚ ਹੈ ਇਹ ਤੂਫਾਨ ਹੈ ਦਿਮਾਗੀ ਵੀ ਹੈ ਜ਼ੋਰ ਨਾਲ ਵੀ ਖੇਡਦਾ ਹੈ ਔਰ ਠੰਮੇ ਨਾਲ ਵੀ ਖੇਡਦਾ ਹੈ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹਨੂੰ ਸਾਰੇ ਦਾ ਆਉਂਦੇ ਹੈ ਇਹਨੂੰ ਤੂਫਾਨ ਕਹਿੰਦੀ ਹੈ ਦੁਨੀਆਂ ਵਾਲੀਬਾਲ ਮੀਡੀਆ ਦੇ ਵਿੱਚ ਵੀ ਧੁੰਮ ਹੈ ਮੁੰਡੇ ਦੀ ਹਾਏ ਹੈ ਜਿੰਦਰ ਰਹਿ ਕੋਟੀਆ ਨਾਲ ਗੋਪੀ ਜੋੜੀ ਬੜੀ ਪ੍ਰਸਿੱਧ ਹੈ ਮੁੰਡਿਆਂ ਦੀ ਉਹ ਜੋੜੀ ਹਿੱਟ ਹੋ ਗਈ ਸਾਹਮਣੇ ਵੀ ਚੜ੍ਹਦੀ ਜਵਾਨੀ ਵਿੱਚ ਫੁੱਟ ਖਬਰੋ ਲਾਲਾ ਪਾਲਾ ਲੈਂਦੇ ਪਹਿਲਾਂ ਲੁੱਟ ਖਬਰੋ ਥੋੜੀ ਬਹੁਤ ਸਟਾਰ ਜ਼ਰੂਰ ਭੇਜੋ ਜਿਹੜੇ ਭਰਾ ਭੇਜ ਸਕਦੇ ਹੋ ਬਈ ਪੈਰਾਂ ਦੇ ਵਿੱਚ ਬਹਿ ਕੇ ਗੁਰੂ ਨੂੰ ਲੈਣਾ ਪੈਂਦਾ ਹੈ ਕਿੰਨੇ ਉੱਚੇ ਹੋ ਗਏ ਆਹ ਨੀਵੇਂ ਰਹਿਣਾ ਪੈਂਦਾ ਹੈ ਹੇਤ ਕਰਨੀ ਪੈਂਦੀ ਸਾਰੇ ਛੱਡ ਸਮਾਦਾਂ ਨੂੰ ਤੇ ਚੇਲੇ ਕਦੇ ਨਹੀਂ ਦਿੰਦੇ ਸ਼ੇਰਾ ਮੱਤ ਉਸਤਾਦਾਂ ਨੂੰ ਆਓ ਚੇਲੇ ਕਦੇ ਨਹੀਂ ਦਿੰਦੇ ਸ਼ੇਰਾ ਮੱਤ ਉਸਤਾਦਾਂ ਨੂੰ ਇੱਧਰ ਵੱਡੇ ਪੱਧਰ ਦੇ ਉੱਤੇ ਸੰਗਤ ਲਾਈ ਵੀ ਜੁੜੀ ਹੋਈ ਹੈ ਸਾਰੀ ਸਾਹ ਸੰਗਤ ਦਾ ਦਿਲੋਂ ਧੰਨਵਾਦ ਆ ਪਰ ਹਾਲ ਇੱਧਰ ਹੋਣਾ ਉਡੋਲੀ ਹੈ ਮਹੀਆਂ ਨਾਲ ਟੱਕਰ ਵੱਡੀ ਖੇਡੀ ਜਾ ਰਹੀ ਹੈ ਵੀ ਅਣਖੀ ਨਾ ਕਦੇ ਕਿਸੇ ਗੱਲੋਂ ਛੁੜਿਆ ਮਰਦਾਂ ਦੇ ਨਾਲ ਹੈ ਸਰਕਲ ਜੁੜਿਆ ਜਿਹਦੀ ਹੋਵੇ ਬਣੀ ਉਹ ਕਦੇ ਵੀ ਬੋਲਦਾ ਤੇ ਝੂਠਾ ਵੱਡਾ ਹਰ ਥਾਂ ਖਾਲੀ ਬੁੜਿਆ ਛੱਡਣਾ ਨੀ ਹੋਵੇ ਕਹਿੰਦੇ ਦਿਲ ਚਾਹੀਦਾ ਮਰਦਾਂ ਦੇ ਉੱਤੇ ਚੜ੍ਹਦੀ ਰਹਿੰਦੀ ਆ ਜੋਰਾਂ ਨਾਲ ਸ਼ੇਰ ਕਰਦੇ ਆ ਰਾਜ ਨੇ ਹੋਰ ਕਿਹੜਾ ਚੰਗਲਾਂ ਤੇ ਬੋਟਾਂ ਪੈਂਦੀਆਂ ਜੋਰਾਂ ਨਾਲ ਸ਼ੇਰ ਕਰਦੇ ਆ ਰਾਜ ਨੇ ਹੋਰ ਕਿਹੜਾ ਚੰਗਲਾਂ ਤੇ ਬੋਟਾਂ ਪੈਂਦੀਆਂ ਚੋਟੀ ਦਾ ਸਟਾਰ ਹੈ ਪਰ ਸਾਹਮਣੇ ਮੈਂ ਵੇਖਦਾ ਵੀ ਤਜਰਬਾ ਮੁੰਡੇ ਦਾ ਲੋਹੜਿਆ ਦਾ
ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਹਾਂ ਚਰਜਿਆਂ ਨਾਲਿਆਂ ਦਾ ਖੇਡ ਮੈਦਾਨ ਦੇ ਵਿੱਚ ਕਈ ਵਾਰੀ ਅੱਖਾਂ ਉੱਤੇ ਪੰਨ ਪੱਟੀਆਂ ਧਾਗੇ ਸੂਈ ਵਾਲੇ ਲੱਗੇ ਥਾਈ ਲਗਾਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਆਓ ਚੰਗੇ ਫਿਰ ਡੀਗਦੇ ਤੇ ਤਿੰਨ ਚੰਗੇ ਆਉਂਦੇ ਨੀ ਲਿਆਉਣੇ ਪੈਂਦੇ ਆ ਐਵੇਂ ਲੋਕੀ ਰਹਿੰਦੇ ਚੰਗੇ ਫਿਰ ਉਡੀਕਦੇ ਫਿਰ ਚੰਗੇ ਆਉਂਦੇ ਨੀ ਲਿਆਉਣੇ ਪੈਂਦੇ ਆ ਇੱਧਰ ਸਾਰੇ ਵੀਰਾਂ ਨੂੰ ਮੁਬਾਰਕਬਾਦ ਅੱਜ ਦੇ ਕੱਪ ਦੀ ਜਿਹੜਾ ਮੈਚ ਰਾਏਕੋਟ ਤੇ ਰਾਏਸਰ ਦਾ ਲੱਗ ਗਿਆ ਨਾ ਉਹਦੇ ਇਤਿਹਾਸ ਹੀ ਬਣਿਆ ਅਮਰਿੰਦਰ ਕਿਹੜਾ ਪਿੰਡ ਅਮਰਿੰਦਰ ਸਿੰਘ ਵੀਰੇ ਕਿਹੜਾ ਪਿੰਡ ਆ ਜੀ ਵੀਰ ਪੱਟ ਕੇ ਮੁੰਡੇ ਨੇ ਇਹ ਮੈਚ ਜਿੱਤੇ ਆ ਆਉਟ ਚਰਚੇ ਦੁਨੀਆ ਦੇ ਵਿੱਚ ਕਰਵਾ ਦਿੱਤੇ ਆ ਬਾਕੀ ਵੱਖਰੇ ਰਿਕਾਰਡ ਪਰ ਉਹ ਬਲੇ 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 ਨੰਦਗੜੀ ਕਰਦਾ ਕਮਾਲਾ ਅੱਜ ਚੱਲਦੇ ਹੋਏ ਮੈਚ ਦੇ ਵਿੱਚ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਬੂਟਾ ਜੀ ਬੂਟਾ ਜੀ ਜੇ ਸ਼ੇਰੂ ਇੱਥੋਂ ਮੈਚ ਜਿੱਤੇ 5100 ਅਮਰਿੰਦਰ ਘਨੌਰ ਵੱਲੋਂ ਅਮਰਿੰਦਰ ਘਨੌਰ ਵੱਲੋਂ ਜੇ ਸ਼ੇਰੂ ਮੈਚ ਜਿੱਤ ਜੇ 5100 ਅਮਰਿੰਦਰ ਅਮਰਿੰਦਰ ਘਨੌਰ ਅਮਰਿੰਦਰ ਘਨੌਰ ਅਮਰਿੰਦਰ ਘਨੌਰ ਕੀ ਸਾਡਾ ਕਹਿੰਦਾ ਵੀ ਜੇ ਢਾਬਾ ਵਾਲਾ ਸ਼ੇਰੂ ਮੈਚ ਇੱਥੋਂ ਜਿੱਤ ਜਾਵੇ ਤੇ 5100 ਦਿੱਤਾ ਜਾਵੇਗਾ 5100 ਦੇ ਨਾਲ ਮਾਨ ਸਨਮਾਨ ਜਿਹੜੇ ਢਾਬਾ ਵਾਲੇ ਆ ਉਹ ਸ਼ੇਰੂ ਨੂੰ ਵੀਰ ਕਹਿੰਦੇ ਦੇਵਾਂਗੇ ਆਪਾਂ ਜੇ ਮੈਚ ਆ ਚੱਲਦਾ ਹੋਇਆ ਇੱਥੋਂ ਜਿੱਤੇ ਵੀਰ ਪੱਟ ਕੇ ਤੇ ਗੱਲ ਜਿਹੜੀ ਫੇਰ ਟਿਕਾਣੇ ਲੱਗਣੀ ਹੈ ਦੀਵਾਨ ਖੇੜੇ ਵਾਲਾ ਰਾਜੂ ਔਰ ਸ਼ਹਿਰੀ ਆ ਬਾਲਾਂ ਦੇ ਮੁੰਡਿਆਂ ਨੇ ਮਰੀਆਂ ਹੋਈਆਂ ਉਹ ਬਾਲ ਵੇ ਗੋਪੀ ਯਾਰ ਤਗੜੀ ਬਾਲ ਆ ਦੀ ਰਾਏ ਕੋਟੀਏ ਗੋਪੀ ਨੇ ਰਾਏ ਕੋਟੀਆ ਲੈ ਵੀ ਉੱਪਰ ਵਾਲੇ ਉਹ ਵੀ ਤਾੜੀ ਵੱਜੀ ਨਹੀਂ ਜਿੱਡੀ ਬਾਲ ਮਾਰੀ ਇੱਕ ਵਾਰੀ ਤਾੜੀ ਜ਼ੋਰਦਾਰ ਮਾਰੋ ਨਾ ਦੇ ਲਈ ਵਾਹ ਮੁੰਡਿਆ ਚਾਰ ਕਰਦੀ ਆ ਦੁਨੀਆ ਇਹ ਦੁਨੀਆ ਹੀ ਗੁੱਡੀ ਚੜਾਉਂਦੀ ਹੈ ਤੇ ਦੁਨੀਆ ਹੀ ਗੁੱਡੀ ਲਾਉਂਦੀ ਹੈ ਇਹ ਲਾਉਣ ਲੱਗੇ ਵੀ ਮਿੰਟ ਲਾਉਂਦੇ ਆ ਚੜਾਉਣ ਲੱਗੇ ਵੀ ਮਿੰਟ ਲਾਉਂਦੇ ਆ ਪਿਆਰ ਹੈ ਲੋਕਾਂ ਦਾ ਬਹੁਤ ਸੋਹਣਾ ਮੈਂ ਖੜਦੇ ਆਊਟ ਹੈ ਇੱਕ ਹੋਰ ਸਫਲਤਾ ਦਾ ਵਾਧਾ ਪੜੋ ਤੇਰਾਂ ਦਿਨ ਉਧਰ ਪੰਜਾਬ ਥੱਲੇ ਥੱਲੇ ਰਹਿੰਦੇ ਆ ਵਰਿੰਦਰ 5100 ਹੋਣਾ ਜੇ ਪੰਜਾਬ ਤੋਂ ਥੱਲੇ ਥੱਲੇ ਰਹਿੰਦੇ ਆ ਨੰਬਰ ਉਹ ਬਾਪ ਤੁਫਾਨਾ ਕਿਆ ਬਾਤ ਹੈ ਉਹਦੇ ਜੱਟਾ ਸਾਰੇ ਆਪ ਧੱਕਾ ਕਰਦਾ ਵਾਕਈ ਚੱਲਦਾ ਧੱਕਾ ਤੂਫਾਨ ਦਾ ਅੱਜ ਦੇ ਦੌਰ ਦੇ ਵਿੱਚ ਧੱਕਾ ਚੱਲਦਾ ਮੁੰਡੇ ਦਾ ਬਹੁਤ ਸੋਹਣਾ ਮੈਚ ਜੱਸੇ ਵਰਗੇ ਮੁੰਡੇ ਬੜੀ ਕਮਾਲ ਦੀ ਖੇਡ ਹੈ ਉਹ ਕਿਆ ਉਹ ਬਾਲ ਓਏ ਜਿੰਦਰ ਖੋਟੀਆ ਗੋਪੀ ਜੰਪ ਵੇਖੋ ਮੁੰਡੇ ਦਾ ਐਂਡ ਸਪ੍ਰਿੰਗ ਵਾਲ ਵੱਧ ਹੈ ਇਹ ਗੋਪੀ ਰਹਿ ਕੋਟੀਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਉਮੀਦਾਂ ਵੱਡੀਆਂ ਸਨ ਉਹਦੇ ਵੀ ਖੇਡ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਅਲੇ ਦੇ ਉਮਰ ਥੋੜ੍ਹੀ ਹੈ ਜਦੋਂ ਹੋਰ ਇੱਕ ਦੋ ਸਾਲ ਤਜਰਬਾ ਹੋ ਗਿਆ ਤੇ ਫਿਰ ਲੋਕਾਂ ਨੇ ਫੜ ਫੜ ਗੱਲਾਂ ਕਰਨੀਆਂ ਇਹ ਗੋਪੀ ਉਹਦੇ ਟੂਰਨਾਮੈਂਟ ਤਾਂ ਡੇਟ ਰੱਖਾਂਗੇ ਮੁੰਡੇ ਤੋਂ ਪੁੱਛ ਕੇ ਉਹ ਦਿਨ ਵੀ ਆਉਣੇ ਹੈ ਏਦਾਂ ਖੇਡਦਾ ਰਿਹਾ ਹੈ ਸੋਹਣੀ ਖੇਡ ਹੈ ਮੁੰਡੇ ਦੀ ਇਹ ਵੀ ਤਲਵੰਡੀ ਵਾਲਿਆ ਕਰ ਗੱਲ ਉੱਧਰ ਅਰਸ਼ਦੀਪ ਭਰਾ ਸਾਡਾ ਯਾਦ ਹੈ ਸਭ ਦੇ ਯੋਗੇ ਦੇ ਸਹਿਬਾਜ ਪ੍ਰੀ ਅਫੀਰ ਕਰਵਾ ਵੀ ਜੇ ਸਹਿਬਾਜ ਪੁਰਾਣਾ ਸੱਤਾ ਦੀਵਾਨ ਖੇਡ ਦੀ ਟੀਮ ਨੂੰ 5 ਨੰਬਰਾਂ ਤੋਂ ਥੱਲੇ ਰੱਖਦਾ ਤੇ 100 ਪਾਉਂਡ ਦਿੱਤਾ ਜਾਣਾ ਵੱਡਾ ਧੰਨਵਾਦ ਸਾਡੇ ਵੀਰ ਦਾ ਔਰ ਵੱਡੀ ਗੱਲਬਾਤ ਆ ਪਰ ਅੱਜ ਤਜਰਬੇਕਾਰ ਖਿਡਾਰੀ ਵਾਲਿਆਂ ਦਾ ਅਸੀਂ ਤਜਰਬੇਕਾਰ ਪੁਰਾਣੇ ਆਹ ਸਾਥੋਂ ਸਿੱਖ ਦਾ ਫਲ ਹੋਏ ਅਸੀਂ ਤਜਰਬੇਕਾਰ ਪੁਰਾਣੇ ਸਾਥੋਂ ਸਿੱਖ ਦਾ ਫਲ ਹੋਏ ਤਜਰਬੇਕਾਰ ਖਿਡਾਰੀ ਜਿਹੜੇ ਮੈਂ ਵੇਖਦਾ ਵੀ ਗਰਾਊਂਡ ਦੇ ਵਿੱਚ ਬੱਲੇ ਬੱਲੇ ਕਰਵਾ ਰਹੇ ਆ ਪੰਡ ਦੀ 14 ਹੋ ਗਏ 17 ਤੇ ਆਪਾਂ 14 ਦੇ ਇੱਧਰ ਦੋ ਜਿੰਨੇ ਸੰਗਤ ਬੈਠੀਏ ਜੇ ਮੈਂ ਸੱਚੇ ਜਦੋਂ ਸੋਹਣਾ ਲੱਗਦਾ ਹੈ ਇੱਕ ਤਾਰੀਖੇ ਵਾਸਤੇ ਰਹੋ ਰੱਬ ਲੰਬੀ ਉਮਰਾਂ ਕਰੇ ਤੁਹਾਡੀਆਂ ਦੁਆਵਾਂ ਤੁਹਾਡੇ ਲਈ ਇਹਦੇ ਹੱਥਦੇ ਖੇਡਦੇ ਨਾ ਪਾਣੀ ਵਾਲੇ ਵੀਰ ਸਾਡੇ ਪਾਣੀ ਵਾਲੇ ਦੀ ਟੂਟੀ ਗਰਾਊਂਡ 'ਚ ਹੀ ਲੱਗੀ ਹੈ ਨਾਲ ਹੀ ਆ ਜਾਂਦੇ ਆ ਪਾਣੀ ਵਾਲੇ ਵੀਰ ਵੀ
ਉਧਰੋਂ ਛੋਟੀ ਰਾਵਾ ਭਰਾ ਸਾਡਾ ਵੀ ਅੱਜ ਦੇ ਮੈਚਾਂ ਨਾਲ ਲਾਈਵ ਜੁੜਿਆ ਦਿਲੋਂ ਧੰਨਵਾਦ ਆ ਸਾਡੇ ਬਹੁਤ ਹੀ ਸਤਿਕਾਰੇ ਜੋ ਵੀਰ ਦਾ ਔਰ ਹਰਿਆਣੇ ਦੇ ਵਿੱਚ ਮੁੰਡੇ ਮੇਲਾ ਕਰਵਾਉਂਦੇ ਆ ਦਿਲੋਂ ਜਵਾਬਾਂ ਸਾਡੇ ਵੀਰਾਂ ਦੇ ਲਈ ਸਾਡੇ ਪਿੰਡ ਦੇ ਵਿੱਚ ਮੇਲਾ ਹੋਇਆ ਤੇ ਲੋਕਾਂ ਨੇ ਆਨੰਦ ਮਾਣਿਆ ਉਸ ਮੇਲੇ ਦਾ ਤੇ ਬਾਕੀ ਚਰਚੇ ਹੋਏ ਦੇਖਦਾ ਵੀ ਇੱਧਰ ਮੁੰਡੇ ਰੂਪਾ ਹੇੜੀ ਵਾਲੇ ਵੀ ਪੂਰੇ ਫਿੱਟ ਆ ਔਰ ਜਦੋਂ ਦੇ ਮੈਚ ਲੱਗੇ ਆ ਤੇ ਬਾਈ ਹਿੱਲੇ ਨੀ ਇੱਕ ਮਿੰਟ ਵੀ ਨਾ ਉਸ ਸਾਹਮਣੇ ਇੱਧਰ ਮੈਨੂੰ ਲੱਗਦਾ ਵੀ ਨੰਬਰ ਜਿਹੜਾ ਤੀਜਾ ਜੁੜ ਗਿਆ ਜੀ ਓਕੇ ਜੀ ਜੀ ਆ ਓਕੇ ਜੀ ਦੋ ਤੇ ਜਿਹੜੀ 14 ਦੀ ਟੱਕਰ ਹੈ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਲੈ ਢਾਪਾ ਲਿਆ ਲੋਕੀ ਕਹਿੰਦੇ ਆ ਵੀ 2-14 ਨੇ ਜੀ 2-14 ਵੀਰੇ 2-6 ਹੋ ਜਾਂਦਾ 7 ਹਾਂ ਲੋਕਾਂ ਦਾ ਕਹਿਣਾ ਵੀ ਤੂੰ ਵੀ ਬੜੀ ਫੁਰਤੀਲਾ ਖਿਡਾਰੀ ਹੈ ਹਾਂ ਚਰਚੇ ਤੇਰੇ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਤੂੰ ਮੋਟਰਸਾਈਕਲ ਜਿੱਤੇ ਆ ਦੋ ਸ਼ਿੰਗਾਰ ਆ ਮੁੰਡਾ ਚਰਚੇ ਆ ਮੁੰਡੇ ਦੀ ਖੇਡ ਦੇ ਓਕੇ 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 ਗੁਰੀ ਵੀਰੇ ਕੋਈ ਗੱਲ ਨੀ ਜੀ ਗੋਬਿੰਦਗੜ੍ਹ ਤੁਸੀਂ ਪਿੰਦੇ ਵਰਗਿਆਂ ਨੂੰ ਭੇਜ ਦੇ ਕੋਈ ਚੱਕਰ ਨੀ ਵੀਰੇ ਦੇ ਦੇਣਗੇ ਟੂਰਨਾਮੈਂਟ ਤੇ ਕੋਈ ਚੱਕਰ ਨੀ ਵੀਰੇ ਸਕੋਰ 14-3 ਹਰਮਨ ਬਹੁਤ ਵੱਡਾ ਫਰਕ ਹੈ 3-14 ਦੀ ਟੱਕਰ ਖੇਡ ਮੈਦਾਨ ਦੇ ਵਿੱਚ ਸਾਰੀ ਸੰਗਤ ਦਾ ਧੰਨਵਾਦ ਹੈ ਜਿਹੜੇ ਵੀਰ ਜਿੰਨੇ ਵੀ ਕਦਮ ਚੱਲ ਕੇ ਆਏ ਆ ਸਿਰ ਮੱਥੇ ਹੈ ਇੱਕ ਦੋ ਨੰਬਰਾਂ ਦੀ ਖੇਡ ਬਾਕੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਪਾਰ ਕਿਰਪਾ ਦੇ ਨਾਲ ਬਿਲਕੁਲ ਜੰਗ ਮੰਡੇ ਹੈ ਜਿਨ੍ਹਾਂ ਨੇ ਮੇਲਾ ਕਰਵਾਇਆ ਨਵੀਂ ਸੋਚ ਰੱਖਣ ਦੇ ਨਾਲ ਸੱਚੇ ਪਾਤਸ਼ਾਹ ਦੇ ਇਹਨਾਂ ਦਾ ਪਿਆਰ ਬਣਾਈ ਰੱਖੇ ਅਤੇ ਅਗਲੇ ਸਾਲ ਆਪਾਂ ਇੱਥੋਂ ਵੀ ਵੱਡਾ ਜਿਹੜਾ ਕੱਪ ਕਰਵਾਈਏ ਖੇਡਾਂ ਦੀ ਧਰਤੀ ਹੈ ਉੱਪਲੇ ਪਿੰਡ ਖਿਡਾਰੀਆਂ ਦੀ ਧਰਤੀ ਹੈ ਅਤੇ ਖੇਡਾਂ ਨੂੰ ਪਿਆਰ ਕਰਨ ਵਾਲਿਆਂ ਦੀ ਧਰਤੀ ਹੈ ਕਿ ਇਲਾਕਾ ਜਿਹੜਾ ਬੜਾ ਪ੍ਰਸਿੱਧ ਹੈ ਅੱਜ ਵੱਡਾ ਮੇਲਾ ਆਪਾਂ ਦੇਖ ਰਹੇ ਹਾਂ ਫਾਈਨਲ ਮੈਚ ਇੱਕ ਦੋ ਨੰਬਰਾਂ ਦੀ ਜਿਹੜੀ ਖੇਡ ਬਾਕੀ ਹੈ ਖੇਡ ਮੈਦਾਨ ਦੇ ਵਿੱਚ ਸਾਰੇ ਲੈਣ ਵਾਲੇ ਵੀਰਾਂ ਦਾ ਧੰਨਵਾਦ ਹੈ ਜਿੰਨੇ ਬੁਲਾਰੇ ਪੁੱਜੇ ਹੈ
समुची फेडरेशन का बड़ा धन्यवाद है सिर्फ नया फेडरेशन के वेंडर के हेठ जो अज का कप आप देख रहे हैं सबक निबड़ रहा पर बाल में देखा भी आउट है ये पंजाब वाला है ये भी मुंडे की बड़ी चर्चा है ये भी वाशिंग मशीन जीडिया रेंजर सैकलों का जीतू है यदा नाम भी बड़े खिलाड़ियों के आता है पर ढाबा ने निकल पंद्रह हो गए मेरे ख्याल के दो नंबर की खेल जी बाकी रह गई है नवी दीवान खेड़े वाले दो तीन के नंबर सरदों ने जीते है जगेंद्र धालीवाल कहना भी जो पांच तो थले रहे 5100 के नाल रैकोर्ड की टीम का माल होना है पर नंबर मेरे ख्याल के तीन ही है दो नंबर होर लोड़ है दीवान खेड़े वाले स्कीम का फर्क पैना है पर मैं लास्ट पॉइंट आ गया जी लास्ट पॉइंट रैकोर्ड की टीम का लास्ट पॉइंट जी बेनती है सारे वीर ने जो आपको अपने सामने से आए हैं हौली जायो जिंदगी बड़ी कीमती है दोबारा नहीं मिलती जिथे इन लेट हुए हैं पांच चार मिनट का ही फर्क पैना है और खान पर ਗਿਆਰੀ ਰੂਪਾ ਉਸ ਮਾੜਾ ਜਿਹਾ ਹੋ ਗਿਆ ਸਾਈਡ ਤੇ ਦਿਖਾ ਦਈਏ ਲਾਸਟ ਮਿੰਟ ਦਾ ਔਰ ਨਾਲ ਚਾਂਦੀ ਮਿੰਟ ਦੇ ਬ੍ਰਿੰਦਰ ਦੇ ਲਈ 5-500 ਰੁਪਏ ਦੇ ਫੱਟੇ ਮਾਨ ਆਏ ਨੇ ਗਿਆਰੀ ਰੂਪਾ ਹੈ ਜੀ ਉਹ ਭਰਾ ਦਾ ਬਹੁਤ ਬਹੁਤ ਹਾਂਜੀ ਹਾਂਜੀ ਚੰਨੀਗੜਾ ਯੂਐਸਏ ਬਾਈ ਜੀ ਸਵਾਗਤ ਹੈ ਜੀ ਦਿਮਾਗ ਖੇਡ ਦਾ ਰਾਜੂ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਫਰਕ ਚੰਨੀਗੜਾ ਯੂਐਸਏ ਚੰਨੀ ਬਾਈ ਚੰਨੀ ਉਧਰ ਚੰਨੀਗੜਾ ਯੂਐਸਏ ਦੁਨੀਆ ਦੇ ਕਹਿੰਦੇ ਵੱਡੇ ਪ੍ਰਮੋਟਰ ਫਾਈਨਲ ਮੈਚ ਆ ਲਾਸਟ ਨੰਬਰ ਆ ਸੱਤੇ ਦਾ ਚੰਨੀ ਵੀਰੇ ਰੈਕੋਰਡ ਦੀ ਟੀਮ ਦਾ ਲਾਸਟ ਪੁਆਇੰਟ ਜੀ ਖੇੜਾ ਪਿੰਡ ਹੈ ਫਾਈਨਲ ਮੈਚ ਜੀ ਇਹ ਕਹਿੰਦੇ ਮਾਸੀ ਦਾ ਮੁੰਡਾ ਜੀ ਪਾਲ ਖੰਡੂਰੇ ਦੇ ਉਹ ਕਹਿੰਦੇ ਗੱਲਾਂ ਵੱਡੀਆਂ ਵੱਡੇ ਕਾਰੋਬਾਰ ਆ ਜਿਹੜੇ ਯੂਐਸਏ ਚ ਇੱਕ ਨੰਬਰ ਦੀ ਖੇਡ ਵਾਕੀ ਹੈ ਗੈਰੀ ਰੂਪਾ ਹੈੜੀ ਬਹੁਤ ਬਹੁਤ ਧੰਨਵਾਦ ਬਾਈ ਗੈਰੀ ਰੂਪਾ ਹੈੜੀ ਜਦੋਂ ਵੀ ਕਿਸੇ ਦੀ ਕੋਈ ਭੀੜ ਪਈ ਹੈ ਤੇ ਖੇੜੇ ਦਾ ਸਭ ਤੋਂ ਪਹਿਲਾ ਫੋਨ ਆਇਆ ਹੈ ਸਭ ਤੋਂ ਅੱਗੇ ਹੋ ਕੇ ਖੜਦਾ ਹੈ ਵੱਡੇ ਮਾਂ ਖਿਡਾਰੀਆਂ ਦੇ ਓਕੇ ਓਕੇ ਚੰਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਲੈ ਵਾਲੇ ਦੀ ਬਹੁਤ ਸਵਾਗਤ ਆ ਜੀ ਚੰਨੀ ਖੇੜੇ ਦੀ ਕੀਤੀ ਹੈ ਕੋਈ ਚੱਕਰ ਨਹੀਂ ਰੱਖਾਂਗੇ ਧਿਆਨ ਇਹ ਪਿਓਰੀ ਹੈ ਬਾਈ ਜਿਹਦੇ ਕੀ ਸੇ ਜਾ ਰਸੇ ਹੈ ਜਿਗਰਾਜ ਵੀ ਕੀ ਜਾ ਰਹੇ ਹੈ ਮੈਂ ਕਹਣਾ ਉਹਦਾ ਆਇਆ ਸੀ ਕਮੈਂਟ ਮੇਰਾ ਬਾਅਦ ਆਪਾਂ ਕਰਾਂਗੇ ਮੈਂ ਉਹ ਜੋਤੀ ਵਾਲੀਆਂ ਵੱਲੋਂ ਲਿਖਿਆ ਦਾ ਜੀ ਮੈਂ ਉਹਨੇ ਲਿਖ ਦਿੱਤਾ ਇੱਕ ਨੰਬਰ ਦੀ ਜਿਹੜੀ ਖੇੜ ਬਾਕੀ ਮੈਂ ਫਿਰ ਤਾਂ ਹੀ ਮੈਂ ਉਹ ਨਹੀਂ ਬੋਲਿਆ ਨਾ ਮੈਂ ਕਈ ਵਾਰ ਤੈਨੂੰ ਤੇਰੇ ਨਾਲ ਕੋਈ ਟੱਕਰ ਕਰਦੇ ਦੱਸ ਤੂੰ ਗੈਰੀ ਨੰਬਰ ਲਾਸਟ ਕਹਾਂ ਤੋਂ ਧਿਆਨ ਰੱਖਣਾ ਸਮਝ ਗਿਆ ਮੈਂ ਸਮਝ ਗਿਆ ਜਵਾਬ ਆ ਗਿਆ ਗੈਰੀ ਢਿੱਲੋਂ ਬਾਈ ਬਹੁਤ ਧੰਨਵਾਦ ਜੀ ਗੈਰੀ ਢਿੱਲੋਂ ਜੀ